गवर्नमेंट कॉलेज के विद्यार्थी को धरना प्रदर्शन करना पड़ा महंगा, दर्ज हुआ FIR। बीते कुछ दिन पहले एक प्राइवेट बस के कंडक्टर की तरफ से सरकारी कॉलेज स्टूडेंट के साथ दुर्व्यवहार और हाथापाई का मामला सामने आया था, जिसके चलते कॉलेज के विद्यार्थियों की तरफ से हाईवे पर धरना प्रदर्शन किया गया था और बस चालक और कंडक्टर के विरुद्ध रोष प्रदर्शन किया गया था। बस कंडक्टर की तरफ से विद्यार्थियों से मुआवजा मांग लिया और मामला खत्म हो गया। परंतु अब इस मामले में एक नया मोड़ सामने आया है। मुक्तसर पुलिस की तरफ से हाईवे को जाम करने पर विद्यार्थियों के विरुद्ध मामला दर्ज कर लिया गया। इस संबंधित विद्यार्थी और किसान पर्चे रद्द करवाने के लिए SSP दफ्तर पहुंचे और SSP के साथ मीटिंग की गई। इस मौके पर विद्यार्थियों का SSP के साथ कुछ बातचीत हुआ और क्या कुछ कहा उन्होंने, आइए सुनाते हैं आपको विस्तार से। जिहड़ा असी पिछले दिन बस कंडक्टर वालों विद्यार्थियों की कुटमार की गई सी बस टिकट के मामले दे विच, उहदे विच असी उस तो अगले दिन रोस प्रगटा किया सीगा कि उस कंडक्टर ते कार्रवाई होनी चाहिए है, क्योंकि उन्हें विद्यार्थियों की कुटमार की है, गुंडागर्दी दिखाई हैगी है। इस चीज़ के खिलाफ साडा प्रदर्शन सीगा, तां प्रदर्शन दे विच की होया कि असी पीसफुली आपदा प्रोटेस्ट किया। लास्ट दे विच जिहड़ा सीगा इह मामला सॉल्व हो गया सीगा, क्योंकि उस बस कंडक्टर वालों आपदी गलती नूं महसूस करदिआं माफ़ी मंग ली गई सीगी, विद्यार्थियों तो कुछ जनतक माफ़ी भी मंगी हैगी है और उन्होंने लिखती माफ़ीनामा भी दिता हैगा। पर उस तो अगले दिन की होंदा कि मुक्तसर दी जिहड़ी पुलिस वालों विद्यार्थियों ते जनतक जिहड़ियां जथेबंदियां जिन्हां दा समर्थन सीगा साडे प्रोटेस्ट दे विच, उन्हां ते परचे दर्ज किते गए सीगे, जिहदे विच बहुत संगीन धाराएं भी लाईआं कि विद्यार्थियों ने दंगे भड़काउण दी कोशिश कीती गई है। तां इस चीज़ दे खिलाफ़ इन्हां ਪਰਚਿਆਂ ਦੇ ਖਿਲਾਫ ਅਸੀਂ ਅੱਜ ਇਕੱਠੇ ਹੋਏ ਸੀਗੇ ਤੇ SSP ਸਾਹਿਬ ਨੂੰ ਮਿਲੇ ਸੀਗੇ ਮੁਕਤਸਰ ਸਾਹਿਬ ਜੀ। ਉਹਨਾਂ ਨੇ ਕਿਹਾ ਕਿ ਅਸੀਂ ਪਰਚੇ ਰੱਦ ਕਰਾਂਗੇ, ਪਰ ਸਾਨੂੰ ਲੱਗਦਾ ਨਹੀਂ ਉਹਨਾਂ ਦਾ ਐਟੀਟਿਊਡ ਸੀ ਜਿੱਦਾਂ ਦਾ, ਉਹ ਸਾਨੂੰ ਇਹ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਧਰਨੇ ਲਾਉਣਾ ਗਲਤ ਆ, ਕਿ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਬਜਾਏ ਤੁਸੀਂ ਧਰਨੇ ਲਾਉਣ ਨੂੰ ਪ੍ਰੈਫਰੈਂਸ ਦਿੰਦੇ ਹੋ, ਇਹਦਾ ਮਤਲਬ ਤੁਸੀਂ ਧਰਨੇ ਲਾਓ, ਤੁਹਾਨੂੰ ਮੇਰੇ ਕੋਲ ਆਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਔਰ ਇਹ ਸਾਨੂੰ ਕਹਿ ਰਹੇ ਕਿ ਤੁਸੀਂ ਗਲਤੀ ਕੀਤੀ, ਬੱਚਿਆਂ ਤੋਂ ਗਲਤੀ ਹੋਈ ਆ, ਮਾਫ਼ੀ ਮੰਗ ਲੈਣੀ ਚਾਹੀਦੀ ਆ। ਪਰ ਸਾਨੂੰ ਲੱਗਦਾ ਕਿ ਧਰਨੇ ਲਾਉਣਾ ਸਾਡਾ ਜਿਹੜਾ ਜਮਹੂਰੀ ਅਧਿਕਾਰ ਉਸ ਅਸੀਂ ਇਹਨੂੰ ਵਰਤ ਕੇ ਜਿਹੜਾ ਉੱਥੇ ਰੋਡ ਜਾਮ ਕੀਤਾ ਸੀਗਾ, ਔਰ ਅਸੀਂ ਚਲੋ ਭਰੋਸਾ ਦਿੱਤਾ ਹੈਗਾ SSP ਸਾਹਿਬ ਨੇ ਇਸ ਗੱਲ ਦਾ ਕਿ ਅਸੀਂ ਪਰਚੇ ਰੱਦ ਕਰਾਂਗੇ। ਪਰ ਜੇਕਰ ਸਿਰਫ ਭਰੋਸਾ ਹੀ ਰਹਿ ਜਾਂਦੇ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ ਹੈਗਾ, ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਖਿਲਾਫ਼ ਜਿਹੜਾ ਵੱਡਾ ਸੰਘਰਸ਼ ਜਿਹੜਾ ਵਿਢਾਂਗੇ। ਸਿੰਘ ਝਵੇਲ ਵਾਲੀ ਹੈ ਜੀ, ਕੀ ਕਹਿਣਾ ਅੱਜ ਤੁਸੀਂ SSP ਸਾਹਿਬ ਨੂੰ ਮਿਲੇ, ਕੀ ਕਾਰਨ? ਕਾਰਨ ਇਹ ਹੈ ਜੀ, ਜਿਹੜੇ ਵਿਦਿਆਰਥੀਆਂ ਦੇ 19 ਤਰੀਕ ਨੂੰ ਮਤਲਬ ਧਰਨਾ ਪ੍ਰੋਟੈਸਟ ਕੀਤਾ ਸੀਗਾ, ਪ੍ਰੋਟੈਸਟ ਕਿਉਂ ਕੀਤਾ ਸੀਗਾ ਕਿ ਆਰਬਿਟ ਬੱਸ ਦੇ ਵਿੱਚ ਵਿਦਿਆਰਥੀ ਚੜ੍ਹਦੇ ਨੇ ਗੌਰਮੈਂਟ ਕਾਲਜ ਕੋਲੋਂ, ਤਾਂ ਉਹ ਜਿਹੜਾ ਕੰਡਕਟਰ ਸੀਗਾ ਉਹਨੇ ਵਿਦਿਆਰਥੀਆਂ ਨਾਲ ਧੱਕਾ ਮੁੱਕੀ ਕੀਤੀ, ਠੀਕ ਆ, ਕਹਿੰਦਾ ਫੁੱਲ ਟਿਕਟ ਕਟਾਓ। ਵਿਦਿਆਰਥੀਆਂ ਨੇ ਕਿਹਾ ਵੀ ਸਾਡੇ ਕੋਲ ਆਈਡੈਂਟੀ ਕਾਰਡ ਨੇ, ਸਟੂਡੈਂਟ ਨੇ, ਠੀਕ ਆ, ਹਾਫ਼ ਟਿਕਟ ਸਾਡੀ ਬਣਦੀ ਉਹ ਅਸੀਂ ਕਟਾ ਲੈਂਦੇ ਹਾਂ। ਤਾਂ ਉਹਨੇ ਮਤਲਬ ਪੂਰਾ ਜਾਣੀ ਕਿ ਗੁੰਡਾਗਰਦੀ ਕਹਿ ਸਕਦੇ ਹਾਂ ਆਪਾਂ ਕੀਤੀ, ਧੱਕਾ ਮੁੱਕੀ ਵੀ ਕੀਤੀ, ਹੈ ਨਾ, ਮੰਦੀ ਭਾਸ਼ਾ ਦੇ ਵਿੱਚ ਵੀ ਗੱਲ ਕੀਤੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਵਿਦਿਆਰਥੀਆਂ ਨੇ ਮਤਲਬ ਉਤਰ ਕੇ ਬੱਸ ਸਟੈਂਡ ਦੇ ਵਿੱਚ ਚੌਂਕੀ 'ਚ ਚਲੇ ਜਾਂਦੇ ਆ, ਚੌਂਕੀ ਜਾ ਕੇ ਸਾਰੀ ਗੱਲਬਾਤ ਉੱਥੇ ਦੱਸੀ ਜਾਂਦੀ ਹੈਗੀ ਵੀ ਸਾਡੇ ਨਾਲ ਧੱਕਾ ਹੋਇਆ, ਵੀ ਇਹਦੇ ਖਿਲਾਫ਼ ਜਿਹੜਾ ਹੈਗਾ ਕਾਰਵਾਈ ਹੋਣੀ ਚਾਹੀਦੀ ਹੈ, ਵੀ ਇਹਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ, ਅਤੇ ਪਰ ਉਹ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਵਿਦਿਆਰਥੀਆਂ ਦੀ। ਤਾਂ ਉਸ ਤੋਂ ਬਾਅਦ ਫਿਰ ਉਹ ਅਗਲੇ ਦਿਨ ਜਿਹੜਾ ਹੈਗਾ ਉੱਥੇ ਪੀਸਫੁਲੀ ਪ੍ਰੋਟੈਸਟ ਕੀਤਾ ਜਾਂਦਾ ਹੈਗਾ, ਠੀਕ ਆ, ਗਵਰਨਮੈਂਟ ਕਾਲਜ ਕੋਲ। ਤਾਂ ਉਹ ਪ੍ਰੋਟੈਸਟ ਦੇ ਵਿੱਚ ਇਹਨਾਂ ਦੀ ਮੰਗ ਹੁੰਦੀ ਹੈਗੀ ਹੈ ਕਿ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਵੀ ਠੀਕ ਆ, ਅਸੀਂ ਕਾਰਵਾਈ ਕਰਾਂਗੇ ਅਤੇ ਧਰਨਾ ਚੁੱਕ ਲਿਆ ਜਾਂਦਾ, ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ, ਪੀਸਫੁਲੀ ਜੋ ਵੀ ਉੱਥੇ ਕੋਈ ਐਮਰਜੈਂਸੀ ਚੀਜ਼ ਆਉਂਦੀ ਉਹਨੂੰ ਨਿਕਾਇਆ ਜਾਂਦਾ, ਬਿਲਕੁਲ ਪੀਸਫੁਲ ਸਾਰਾ ਕੁਝ ਹੁੰਦਾ ਹੈਗਾ, ਠੀਕ ਆ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਅਗਲੇ ਦਿਨ ਉਸੇ ਦਿਨ ਹੀ ਮਤਲਬ 2 ਵਜੇ ਉਹ ਆ ਕੇ ਮਾਫ਼ੀ ਮੰਗਦਾ ਹੈਗਾ ਸਿਟੀ ਥਾਣੇ ਦੇ ਵਿੱਚ, ਮੇਰੇ ਤੋਂ ਗਲਤੀ ਹੋਈ ਹੈ, ਮਾਮਲਾ ਜਾਣੀ ਕਿ ਸੈੱਟ ਰਫਾ ਦਫਾ ਹੋ ਜਾਂਦਾ ਵੀ ਠੀਕ ਆ, ਮਾਫ਼ੀ ਮੰਗ ਲਈ, ਚੱਲ ਵਿਦਿਆਰਥੀਆਂ ਨੇ ਮੰਗ ਨਹੀਂ ਕੀਤੀ ਕਿ ਇਹਦੇ 'ਤੇ ਕੇਸ ਦਰਜ ਕੀਤਾ ਜਾਵੇ, ਹਾਲਾਂਕਿ ਬਣਦਾ ਸੀ ਕੇਸ ਕਿਉਂਕਿ ਉਹਨੇ ਗੁੰਡਾਗਰਦੀ ਕੀਤੀ ਹੈ। ਪਰ ਦੂਜੇ ਦਿਨ ਜਿਹੜਾ ਹੈਗਾ ਸਾਨੂੰ ਇਹ ਪਤਾ ਲੱਗਦਾ ਹੈਗਾ ਕਿ ਵਿਦਿਆਰਥੀਆਂ ਦੇ ਪਰਚੇ ਜਿਹੜੇ ਹੈਗੇ ਉਹ ਦਰਜ ਕੀਤੇ ਜਾਂਦੇ ਆ, ਬਿਲਕੁਲ ਝੂਠੇ, ਉੱਦਾਂ ਦੀਆਂ ਧਰਾਵਾਂ ਲਾਈਆਂ ਜਾਂਦੀਆਂ ਜਿਵੇਂ 147, 149 ਵਗੈਰਾ, ਹੈ ਨਾ। ਤਾਂ ਉਹ ਪ੍ਰੋਟੈਸਟ ਜਿਹੜਾ ਹੈਗਾ ਉਸ ਸੰਬੰਧ ਦੇ ਵਿੱਚ ਅਸੀਂ ਵੀ ਇਹ ਸਾਰਾ ਕੁਛ ਜਿਹੜਾ ਉਹ ਗਲਤ ਹੋਇਆ, ਝੂਠੇ ਪਰਚੇ ਹੋਏ ਨੇ, ਅਤੇ ਇਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਮੁਕਤਸਰ ਵੱਲੋਂ ਅਤੇ ਬਾਕੀ ਭਰਾਤਰੀ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਲੈ ਕੇ ਇੱਕ ਵਫਦ ਦੇ ਰੂਪ ਦੇ ਵਿੱਚ ਅਸੀਂ SSP ਸਾਹਿਬ ਨੂੰ ਮਿਲੇ ਸੀ, ਉਹਨਾਂ ਦੇ ਮਾਮਲਾ ਸਾਰਾ ਧਿਆਨ 'ਚ ਲਿਆਂਦਾ। ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਰੀ ਗੱਲ ਸੁਣਨ ਤੋਂ ਬਾਅਦ ਕਿ ਪਰਚੇ ਜਿਹੜੇ ਹੈਗੇ ਉਹ ਰੱਦ ਕੀਤੇ ਜਾਣਗੇ। ਉਮੀਦ ਆ ਵੀ ਪਰਚੇ ਦਰਜ ਜਿਹੜੇ ਕੀਤੇ ਉਹ ਰੱਦ ਕਰ ਦੇਣਗੇ। ਦੇਖੋ ਜੀ, ਜਿਵੇਂ ਹੁਣ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਰੇ ਸਾਥੀਆਂ ਨੂੰ, ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂ ਸਾਹਿਬਾਨ ਨੇ, ਬਾਕੀ ਭਰਾਤਰੀ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਵਿਸ਼ਵਾਸ ਦਿਵਾਇਆ ਕਿ ਪਰਚੇ ਅਸੀਂ ਰੱਦ ਕਰਾਂਗੇ, ਅਤੇ ਜੇ ਮੰਨ ਲਓ ਉਹ ਮਤਲਬ ਨਹੀਂ ਕਰਦੇ ਸਪੋਜ਼ ਕਰੋ ਇੱਦਾਂ ਦੀ ਕੋਈ ਗੱਲ ਹੁੰਦੀ ਹੈਗੀ ਹੈ, ਤਾਂ ਫਿਰ ਸਾਨੂੰ ਮਜਬੂਰ ਜਿਹੜਾ ਹੈਗਾ ਕੋਈ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਊ।
ਫਿਲਹਾਲ ਜੀ।